ਗੁਰੂ ਰੂਪਿਆਰੀ ਸਾਤਸੰਗਤ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਭਾਈ ਸਾਹਿਬ ਭਾਈ ਵੀਰ ਸਿੰਘ ਜੀ ਨੇ ਇੱਕ ਥਾਈਂ ਦਰਸਾਇਆ ਹੈ ਕਿ ਸਿਮਰਨ ਵਾਲੇ ਵਿੱਚੋਂ ਚੰਗਿਆਈਆਂ ਅੰਦਰੋਂ ਹੀ ਫੁਰਨਗੀਆਂ ਸਿਰਫ ਜ਼ਾਹਰੀ ਚੰਗਿਆਈ ਨਹੀਂ ਹੁੰਦੀ ਅੰਦਰੋਂ ਫੁਰਦੀਆਂ ਹਨ ਤੇ ਦੂਸਰੀ ਗੱਲ ਨਾਲ ਇਹ ਦਰਸਾਈ ਹੈ ਕਿ ਆਪਣੀ ਆਦਤ ਤੇ ਕਿਵੇਂ ਕਾਬੂ ਪਾਉਣਾ ਹੈ ਉਹ ਪਿਆਰ ਨਾਲ ਸਰਵਣ ਕਰਨ ਦੀ ਕੋਸ਼ਿਸ਼ ਕਰੀਏ ਜੀ ਸਿਮਰਨ ਵਾਲੇ ਵਿੱਚੋਂ ਚੰਗਿਆਈਆਂ ਅੰਦਰੋਂ ਹੀ ਫੁਰਨਗੀਆਂ ਉਸ ਵਿੱਚ ਸਿਰਫ ਓਪਰੀ ਜ਼ਾਹਰੀ ਚੰਗਿਆਈ ਨਹੀਂ ਹੋਵੇਗੀ ਉਸ ਦਾ ਮਨ ਸ਼ੀਤਲ ਹੋ ਜਾਏਗਾ ਤੇ ਕ੍ਰੋਧ ਆਦਿ ਦਾ ਉਸ ਦੇ ਮਨ ਵਿੱਚੋਂ ਨਾਸ਼ ਹੋ ਜਾਏਗਾ ਹਾਂਜੀ ਫਿਰ ਦੁਹਰਾ ਦੇ ਕਿ ਸਿਮਰਨ ਵਾਲੇ ਵਿੱਚੋਂ ਚੰਗਿਆਈਆਂ ਅੰਦਰੋਂ ਹੀ ਫੁਰਨਗੀਆਂ ਉਸ ਵਿੱਚ ਸਿਰਫ ਓਪਰੀ ਜ਼ਾਹਰੀ ਚੰਗਿਆਈ ਨਹੀਂ ਹੋਵੇਗੀ ਉਸ ਦਾ ਮਨ ਸ਼ੀਤਲ ਹੋ ਜਾਏਗਾ ਤੇ ਕ੍ਰੋਧ ਆਦੀ ਦਾ ਉਸ ਦੇ ਮਨ ਵਿੱਚੋਂ ਨਾਸ਼ ਹੋ ਜਾਏਗਾ। ਨਾਮ ਸਿਮਰਨ ਵਾਲੇ ਦਾ ਦ੍ਰਿਸ਼ਟੀਕੋਣ ਬਦਲ ਜਾਂਦਾ ਹੈ। ਜਿਵੇਂ ਕਿ ਉਸ ਦਾ ਨਵਾਂ ਜਨਮ ਹੁੰਦਾ ਹੈ। ਸਤਿਗੁਰ ਕੈ ਜਨਮੈ ਗਵਨ ਮਿਟਾਇ। ਅਸੂਰੀ ਗੁਣਾ ਦੀ ਥਾਂ ਦੇਵੀ ਗੁਣ ਆ ਜਾਂਦੇ ਹਨ। ਦੀਸਤ ਮਾਸਨਾ ਖਾਏ ਬਿਲਾਈ ਵਾਲੀ ਅਵਸਥਾ ਹੋ ਜਾਂਦੀ ਹੈ। ਹਾਂਜੀ ਫਿਰ ਦੁਹਰਾ ਦਈਏ ਕਿ ਨਾਮ ਸਿਮਰਨ ਵਾਲੇ ਦਾ ਦ੍ਰਿਸ਼ਟੀਕੋਣ ਬਦਲ ਜਾਂਦਾ ਹੈ ਜਿਵੇਂ ਕਿ ਉਸ ਦਾ ਨਵਾਂ ਜਨਮ ਹੁੰਦਾ ਹੈ ਸਤਗੁਰ ਕੈ ਜਨਮੈ ਗਵਨ ਮਿਟਾਇਆ ਅਸੂਰੀ ਗੁਣਾ ਦੀ ਥਾਂ ਦੇਵੀ ਗੁਣ ਆ ਜਾਂਦੇ ਹਨ ਦੀਸਤ ਮਾਸ ਨਾ ਖਾਏ ਬਿਲਾਈ ਵਾਲੀ ਅਵਸਥਾ ਹੋ ਜਾਂਦੀ ਹੈ ਜੇ ਕੋਈ ਗਲਤੀ ਹੋ ਜਾਵੇ ਉਸ ਨੂੰ ਜਸਟੀਫਾਈ ਨਹੀਂ ਕਰਨਾ ਚਾਹੀਦਾ ਉਸ ਦਾ ਇਕਰਾਰ ਕਰਕੇ फिर वह गलती नहीं करनी है सतगुरों के हजूर अरदास करनी है जो वो बल बख्शन फिर गलती ना हो पर जे फिर भी हो जाए तो फिर इस तरह पछतावा करना है अरदास करनी है जद तक आदत ते पूरा काबू ना हो जाए हाँ जी फिर दोहरा दे कि जे कोई गलती हो जाए तो उसू जस्टिफाई नहीं करना चाहिए उस दा इकरार करके ਫਿਰ ਉਹ ਗਲਤੀ ਨਹੀਂ ਕਰਨੀ ਹੈ ਸਤਗੁਰਾਂ ਦੇ ਹਜ਼ੂਰ ਅਰਦਾਸ ਕਰਨੀ ਹੈ ਜੋ ਉਹ ਬਲ ਬਖਸ਼ਣ ਤੇ ਫਿਰ ਗਲਤੀ ਨਾ ਹੋਵੇ ਪਰ ਜੇ ਫਿਰ ਵੀ ਹੋ ਜਾਵੇ ਤਾਂ ਫਿਰ ਇਸੇ ਤਰ੍ਹਾਂ ਪਛਤਾਵਾ ਕਰਨਾ ਹੈ ਅਰਦਾਸ ਕਰਨੀ ਹੈ ਜਦ ਤੱਕ ਆਦਤ ਤੇ ਪੂਰਾ ਕਾਬੂ ਨਾ ਹੋ ਜਾਵੇ ਪਹਿਲਾ ਮਨ ਵਿੱਚ ਨਾਮ ਵਸਦਾ ਹੈ ਨਾਮ ਦੇ ਅੰਦਰ ਵਸਣ ਦੇ ਬਾਅਦ ਚੰਗਿਆਈਆਂ ਸਾਡੇ ਅੰਦਰੋਂ ਫਰੋਮ ਇਨਰ ਮਾਈਂਡ ਆਪੇ ਹੀ ਪੈਦਾ ਹੁੰਦੀਆਂ ਹਾਂਜੀ ਫਿਰ ਦੁਹਰਾ ਦਈਏ ਕਿ ਪਹਿਲਾ ਮਨ ਵਿੱਚ ਨਾਮ ਵਸਦਾ ਹੈ ਨਾਮ ਦੇ ਅੰਦਰ ਵਸਣ ਦੇ ਬਾਅਦ ਚੰਗਿਆਈਆਂ ਸਾਡੇ ਅੰਦਰੋਂ ਫਰੋਮ ਇਨਰ ਮਾਈਂਡ ਆਪੇ ਹੀ ਪੈਦਾ ਹੁੰਦੀਆਂ ਹਨ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤ